ਅੰਮ੍ਰਿਤਸਰ ਵਿੱਚ ਹੋਏ ਬੰਬ ਧਮਾਕੇ ਨੂੰ ਲੈ ਕੇ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ਦਿੰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬੰਬ ਧਮਾਕੇ ਨਾਲ ਜਾਣ ਬੁੱਝ ਕੇ ਸਿੱਖਸ ਫਾਰ ਜਸਟਿਸ ਦਾ ਨਾਮ ਜੋੜਿਆ ਜਾ ਰਿਹਾ ਤਾਂ ਜੋ ਖਾਲਿਸਤਾਨੀ ਮੁਹਿੰਮ ਨੂੰ ਦਬਾਇਆ ਜਾ ਸਕੇ, ਜਦਕਿ ਇਹ ਸਿੱਖ ਸੰਗਠਨ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਪਟਨ ਅਮਰਿੰਦਰ ਨੇ ਇੱਕ ਵਾਰ ਫੇਰ ਜਿਹੜਾ ਅੰਮ੍ਰਿਤਸਰ ਬੰਬ ਧਮਾਕਾ ਹੋਇਆ ਤੇ ਉਹਦਾ ਇਲਜ਼ਾਮ ਲਾਇਆ ਹੈ ਕਿ ਸਿੱਖਸ ਫਾਰ ਜਸਟਿਸ ਦਾ ਇਸ ਦੇ ਪਿੱਛੇ ਹੱਥ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਚਾਹੇ ਉਹ ਇੰਡੀਆ ਦਾ ਮੀਡੀਆ ਹੈ ਔਰ ਪਰ ਮੋਸਟਲੀ ਆਪਣੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਉਹਨਾਂ ਨੂੰ 1990 ਦਾ ਦਹਾਕਾ ਯਾਦ ਕਰਵਾਉਣਾ ਚਾਹੁੰਦੇ ਹਾਂ, ਜਦੋਂ ਭਾਰਤ ਦੀਆਂ ਖੁਫੀਆ ਏਜੰਸੀਆਂ, ਜਦੋਂ ਭਾਰਤ ਦੀ ਹਕੂਮਤ ਨੇ ਇੱਕ ਸੋਚੀ ਸਮਝੀ ਚਾਲ ਦੇ ਨਾਲ ਅੱਤਵਾਦ ਦਾ ਨਾਂ ਦੇ ਕੇ ਸਿੱਖਾਂ ਦੇ ਘਰਾਂ ਦੇ ਘਰ ਜਿਹੜੇ ਹੈ ਉਹ ਤਬਾਹ ਕਰ ਦਿੱਤੇ ਔਰ ਸਿੱਖ ਨੌਜਵਾਨਾਂ ਨੂੰ ਤਸੀਹੇ ਦਿੱਤੇ। ਜੇ ਤੁਸੀਂ ਪਿਛਲਾ ਸਮਾਂ ਵੇਖੋਗੇ ਉਦੋਂ ਵੀ ਇਹੀ ਹਾਲਾਤ ਬਣਾ ਦਿੱਤੇ ਗਏ ਸੀ ਕਿ ਜੋ ਵੀ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਕਰਦਾ, ਜੋ ਖਾਲਿਸਤਾਨ ਦੀ ਗੱਲ ਕਰਦਾ ਹੈ ਸ਼ਾਂਤਮਈ ਤਰੀਕੇ ਨਾਲ, ਉਹਨੂੰ ਅੱਤਵਾਦ ਦਾ ਨਾਮ ਦੇ ਕੇ ਅਤੇ ਉਸਨੂੰ ਮਾਰ ਮੁਕਾਇਆ ਜਾਏ। ਰੈਫਰੈਂਡਮ 2020 ਦੀ ਜਿਹੜੀ ਮੁਹਿੰਮ ਹੈ ਉਹ ਅੰਤਰਰਾਸ਼ਟਰੀ ਕਾਨੂੰਨਾਂ ਦੇ ਉੱਤੇ ਸ਼ਾਂਤਮਈ ਢੰਗ ਨਾਲ ਵੋਟਾਂ ਰਾਹੀਂ ਹੈ, ਬੰਦੂਕਾਂ ਰਾਹੀਂ ਜਾਂ ਬੰਬ ਬਲਾਸਟ ਰਾਹੀਂ ਨਹੀਂ ਹੈ। ਪਿਛਲੇ ਦਿਨੀ ਪੁਲਿਸ ਨੇ ਅਲੱਗ ਅਲੱਗ ਅਦਾਰਿਆਂ 'ਤੇ ਖਬਰਾਂ ਕੱਢੀਆਂ, ਸਿੱਖ ਨੌਜਵਾਨ ਫੜੇ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਹੈ ਅਤੇ ਕਿਸੇ ਨੂੰ ਠੇਕੇ ਨੂੰ ਸਾੜਨ ਦੀ ਗੱਲ ਕੀਤੀ ਜਾਂਦੀ ਹੈ, ਕਿਸੇ ਨੂੰ ਆਪਣੇ ਹਿੰਦੂ ਭਰਾਵਾਂ ਦੇ ਜਿਹੜੀਆਂ ਗੱਡੀਆਂ ਉਹਨਾਂ ਨੂੰ ਸਾੜਨ ਵਾਸਤੇ ਪੈਸੇ ਦਿੱਤੇ ਜਾਂਦੇ ਹੈ। ਅਸੀਂ ਆਪਣੇ ਸਿੱਖ ਨੌਜਵਾਨਾਂ ਨੂੰ, ਭਰਾਵਾਂ ਨੂੰ ਅਤੇ ਪੰਜਾਬ 'ਚ ਵੱਸਦੇ ਰੈਫਰੈਂਡਮ 2020 ਦੀ ਕਾਰਕੁਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਪੁਲਿਸ ਦੇ ਇਲਜ਼ਾਮ ਹੈ ਜਾਂ ਇਹੋ ਜਿਹੀਆਂ ਜਿਹੜੀਆਂ ਕਾਲਾਂ ਆਉਂਦੀਆਂ ਜਾਂ ਸਰਕਾਰੀ ਜਿਹੜਾ ਇੱਕ ਅੱਤਵਾਦ 1990 ਤੋਂ ਚੱਲ ਰਿਹਾ, ਇਹ ਉਹਨਾਂ ਦੇ ਹੀ ਹੱਥ ਟੋਕੇ ਹੁੰਦੇ ਹੈ। ਤੁਹਾਨੂੰ ਸਾਡੇ ਸਿੱਖਸ ਫਾਰ ਜਸਟਿਸ ਵੱਲੋਂ, ਰੈਫਰੈਂਡਮ 2020 ਦੀ ਮੁਹਿੰਮ ਚਲਾਉਣ ਵਾਲੇ ਕਾਰਕੁਨਾਂ ਵੱਲੋਂ ਕਦੇ ਵੀ ਕਿਸੇ ਨੇ ਨਾ ਪੈਸੇ ਦਿੱਤੇ ਹੈ, ਨਾ ਕਿਸੇ ਨੇ ਕਿਸੇ ਨੂੰ ਠੇਕੇ ਨੂੰ ਅੱਗ ਲਾਉਣ ਨੂੰ ਕਿਹਾ ਔਰ ਨਾ ਹੀ ਕੋਈ ਇਹੋ ਜਿਹੀ ਘਟਨਾ ਕਰਨ ਨੂੰ ਕਿਹਾ ਜਾਏਗਾ ਜਿਹਦੇ ਨਾਲ ਕਿਸੇ ਵੀ ਵੀਰ ਭੈਣ ਦਾ ਜਿਹੜਾ ਨੁਕਸਾਨ ਹੋਵੇ, ਜਿਵੇਂ ਕਿ ਅੱਜ ਅੰਮ੍ਰਿਤਸਰ ਬੰਬ ਬਲਾਸਟ ਦੀ ਇਹ ਗੱਲ ਕਰਦੇ ਹੈ। ਇਹ ਕੈਪਟਨ ਅਮਰਿੰਦਰ ਉਹੀ ਹੈ ਜਿਹੜਾ 1984 ਤੋਂ ਭਾਰਤ ਦੀ ਦਲਾਲੀ ਕਰ ਰਿਹਾ ਅਤੇ ਸਿੱਖਸ ਫਾਰ ਜਸਟਿਸ ਨੂੰ ਦੱਸਦਾ ਹੈ ਕਿ ਇਹ ISI ਦੇ ਦਲਾਲ ਹੈ। ਜੇ ਕੋਈ ਪਿਛਲੇ 34 ਸਾਲਾਂ ਤੋਂ ਦਲਾਲੀ ਕੀਤੀ ਹੈ ਤਾਂ ਉਹ ਕੈਪਟਨ ਅਮਰਿੰਦਰ ਨੇ ਕੀਤੀ ਹੈ। ਜੂਨ 84 'ਚ ਹਮਲਾ ਹੁੰਦਾ ਹੈ ਤਾਂ ਕਾਂਗਰਸ ਦੀ ਦਲਾਲੀ ਕਰਕੇ ਸਿੱਖ ਕੌਮ 'ਚ ਘੁਸਪੈਠ ਕਰਦਾ ਹੈ। ਉਸ ਤੋਂ ਬਾਅਦ ਦੁਬਾਰਾ ਹਮਲਾ ਹੁੰਦਾ ਹੈ, ਫਿਰ ਸੁਰਜੀਤ ਬਰਨਾਲੇ ਦੀ ਗੌਰਮੈਂਟ ਛੱਡ ਕੇ ਫਿਰ ਸਿੱਖ ਕੌਮ ਦੇ ਨਾਲ ਦਲਾਲੀ ਕਰਦਾ। 1994 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਜਿਹੜੀ ਪਾਰਟੀ ਹੈ ਉਹਦੇ ਨਾਲ ਦਲਾਲੀ ਕਰਦਾ। ਉਸ ਤੋਂ ਬਾਅਦ ਉਸੇ ਕਾਂਗਰਸ ਦਾ ਨੁਮਾਇੰਦਾ ਬਣ ਜਾਂਦਾ ਹੈ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੋਈ ਹੈ। ਜੇ ਅੱਜ ਦੀ ਤਰੀਕ 'ਚ ਸਭ ਤੋਂ ਵੱਡਾ ਕੋਈ ਦਲਾਲ ਹੈ, ਪਿਛਲੇ ਇਤਿਹਾਸ ਦੱਸਦਾ ਹੈ ਔਰ ਇਹਦੇ ਫੈਕਟ ਦੱਸਦੇ ਹੈ, ਇਲਜ਼ਾਮ ਸਿੱਖਸ ਫਾਰ ਜਸਟਿਸ 'ਤੇ ਲਗਾਏ ਜਾਂਦੇ ਹੈ, ਪਰ ਸਭ ਤੋਂ ਵੱਡਾ ਦਲਾਲ ਜਿਹੜਾ ਉਹ ਕੈਪਟਨ ਅਮਰਿੰਦਰ ਹੈ ਭਾਰਤੀ ਹਕੂਮਤ ਦਾ। ਅਸੀਂ ਸਿੱਖਸ ਫਾਰ ਜਸਟਿਸ ਵੱਲੋਂ ਬਿਲਕੁਲ ਮੁਹਿੰਮ ਚਲਾਉਂਦੇ ਹਾਂ, ਅਸੀਂ ਪੰਜਾਬ ਦੇ ਵਿੱਚ ਸ਼ਾਂਤਮਈ ਢੰਗ ਨਾਲ ਲੋਕਤੰਤਰਕ ਤਰੀਕੇ ਨਾਲ ਨਵੰਬਰ 2020 'ਚ ਵੋਟਾਂ ਕਰਵਾਵਾਂਗੇ। ਇਹ ਸਾਡਾ ਵਾਅਦਾ ਹੈ ਤੁਹਾਨੂੰ ਅਤੇ ਸਾਡਾ ਦਾਅਵਾ। ਅਸੀਂ ਕਦੇ ਵੀ ਕਿਸੇ ਨੂੰ ਹਥਿਆਰ ਚੁੱਕਣ ਨੂੰ, ਹਥਿਆਰ ਵਾਸਤੇ ਪੈਸੇ ਜਾਂ ਠੇਕੇ ਨੂੰ ਅੱਗ ਲਾਉਣ ਵਾਸਤੇ ਪੈਸੇ ਨਹੀਂ ਦਿੱਤੇ। ਸਾਡਾ ਕੰਮ ਹੈ ਬੈਨਰ ਲਾਉਣਾ, ਸਾਡਾ ਕੰਮ ਹੈ ਵੋਟਾਂ ਮੰਗਣੀਆਂ, ਸਾਡਾ ਕੰਮ ਹੈ ਉੱਥੇ ਪਲੈਕਾਰਡ ਲਗਾਉਣੇ। ਸਾਡਾ ਇਹ ਕੰਮ ਹੁਣ ਵੀ ਹੈ ਅਤੇ ਰਹੇਗਾ ਵੀ। ਔਰ ਹਰ ਉਹ ਏਜੰਸੀ ਭਾਰਤੀ ਹਕੂਮਤ ਦੀ ਇਹ ਸੁਣ ਲਏ
ਕਿ ਜੇ ਤੁਸੀਂ ਸਿੱਖ ਕੌਮ ਵੱਲ, ਜੇ ਤੁਸੀਂ ਸਾਡੇ ਨੌਜਵਾਨਾਂ ਨਾਲ ਤਸੀਹੇ ਦਿੱਤੇ, ਉਹਨਾਂ ਵੱਲ ਮੈਲੀ ਅੱਖ ਕਰਕੇ ਵੇਖਿਆ, ਤਾਂ ਨਤੀਜੇ ਕਾਨੂੰਨੀ ਤੌਰ 'ਤੇ ਤੁਸੀਂ ਵੇਖ ਚੁੱਕੇ ਹੋ। ਕੈਪਟਨ ਅਮਰਿੰਦਰ ਟਰਕੀ ਦੇ ਵਿੱਚ ਵੀ ਜਿਹੜਾ ਹੈ ਉਹ ਇੱਕ ਦਿਨ ਨਹੀਂ ਸੀ ਟਿਕ ਸਕਿਆ। ਤੁਹਾਡਾ ਪ੍ਰਧਾਨ ਮੰਤਰੀ ਮੋਦੀ ਆਪਣੀ ਫਲਾਈਟ ਜਿਹੜੀ ਹੈ ਅਮਰੀਕਾ ਲਿਜਾਣ ਤੋਂ ਪਹਿਲਾਂ ਰੋਕ ਲੈਂਦਾ ਵੀ ਮੇਰੇ ਦੇ ਉੱਤੇ ਕੇਸ ਪਾਇਆ ਜਾਏਗਾ। ਯੂਕੇ ਦੇ ਵਿੱਚ ਵੀ ਇਹੀ ਕਰਾਂਗੇ, ਯੂਰਪ ਦੇ ਵਿੱਚ ਵੀ ਇਹੀ ਕਰਾਂਗੇ। ਜਿਹੜਾ ਸਿੱਖ ਕੌਮ ਦੇ ਨੌਜਵਾਨਾਂ ਦੇ ਖਿਲਾਫ ਭੁਗਤੇਗਾ, ਜਿਹੜਾ ਰੈਫਰੈਂਡਮ 2020 ਦੇ ਖਿਲਾਫ ਭੁਗਤੇਗਾ, ਕਾਨੂੰਨੀ ਤੌਰ 'ਤੇ ਉਸਨੂੰ ਅਸੀਂ ਜਵਾਬਦੇਹੀ ਦੇਵਾਂਗੇ। ਇੱਕ ਵਾਰ ਫਿਰ ਮੈਂ ਕਹਿਣਾ ਚਾਹੁੰਦਾ ਕਿ ਰੈਫਰੈਂਡਮ 2020 ਦੀ ਮੁਹਿੰਮ ਕਰਨ ਵਾਲੇ ਸ਼ਾਂਤਮਈ ਢੰਗ ਨਾਲ ਕਾਨੂੰਨ ਦੇ ਰਾਹੀਂ ਪੰਜਾਬ ਨੂੰ ਆਜ਼ਾਦ ਕਰਾਉਣ ਦਾ ਅਤੇ ਖਾਲਿਸਤਾਨ ਦਾ ਬਣਾਉਣ ਦਾ ਸੰਘਰਸ਼ ਸ਼ੁਰੂ ਕਰ ਚੁੱਕੇ ਹੈ ਔਰ ਇਹ ਜਾਰੀ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਇਸ ਸਮੇਂ ਅੰਮ੍ਰਿਤਸਰ ਬੰਬ ਧਮਾਕੇ ਕਾਰਨ ਪੰਜਾਬ ਦਾ ਮਾਹੌਲ ਕਾਫੀ ਗਰਮਾਇਆ ਹੋਇਆ। ਕੁਝ ਨੇਤਾਵਾਂ ਵੱਲੋਂ ਇਸ ਧਮਾਕੇ ਨੂੰ ਖਾਲਿਸਤਾਨੀ ਲਹਿਰ ਨਾਲ ਜੋੜ ਕੇ ਦੇਖਿਆ ਜਾ ਰਿਹਾ, ਪਰ ਇਸ ਮਾਮਲੇ ਦੀ ਜਾਂਚ NIA ਨੂੰ ਸੌਂਪ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਸ ਧਮਾਕੇ ਦੇ ਪਿੱਛੇ ਕਿਸ ਦਾ ਹੱਥ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV।